ਮੋਗਾ ਜ਼ਿਲ੍ਹਾ ਦੇ ਹਲਕਾ ਨਿਹਾਲ ਸਿੰਘ ਵਾਲਾ ਵਿਖੇ ਘਰ ਦੇ ਬਾਹਰ ਖੜਾ ਮੋਟਰਸਾਈਕਲ ਚਿੱਟੇ ਦਿਨ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਚਿੱਟੇ ਦਿਨ ਇਹ ਵਾਰਦਾਤ ਕਸਬਾ ਨਿਹਾਲ ਸਿੰਘ ਵਾਲਾ ਅੰਦਰ ਪੈਂਦੀ ਸੇਵਾਸਰ ਗਲੀ ਵਿੱਚ ਵਾਪਰੀ। ਪੁਲਿਸ ਨੇ ਸੇਵਾਸਰ ਗਲੀ ਦੇ ਵਾਸੀ ਜਗਦੇਵ ਕੁਮਾਰ ਉਰਫ ਰਾਜੂ ਸਪੁੱਤਰ ਰਾਮ ਕੁਮਾਰ ਮੋਟਰਸਾਈਕਲ ਨੰਬਰ PB 32Q3552 ਦੀ ਸ਼ਿਕਾਇਤ ਉੱਪਰ ਨਾਮਲੂਮ ਚੋਰਾਂ ਦੇ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। CCTV ਦੀ ਫੋਟੋ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਚੋਰ ਬੇਖੌਫ ਹੋ ਕੇ ਪਹਿਲੇ ਦੋਵੇਂ ਗਲੀਆਂ ਦੇ ਚੱਕਰ ਕੱਟਦਾ ਹੈ ਅਤੇ ਫਿਰ ਆਸ ਪਾਸ ਦੇਖ ਕੇ ਮਹਿਜ਼ ਅੱਧੇ ਮਿੰਟ ਵਿੱਚ ਮੋਟਰਸਾਈਕਲ ਚੋਰੀ ਕਰਕੇ ਰਫੂ ਚੱਕਰ ਹੋ ਜਾਂਦਾ ਹੈ। JVS ਟਾਈਮਜ਼ ਲਈ ਨਿਹਾਲ ਸਿੰਘ ਵਾਲਾ ਤੋਂ ਜਗਵੀਰ ਆਜ਼ਾਦ ਦੀ ਏਅਰਪੋਰਟ। ਕਲੀਅਰ ਨਹੀਂ ਨਾ ਆਉਂਦਾ ਜੀ ਪੂਰਾ। ਘਟਨਾ 11:07 11:07 ਮਿੰਟ ਹੋ ਜਾਏਗੀ।